ਪਰੌਂਠੇ ਤਾਂ ਤੁਸੀਂ ਬਹੁਤ ਖਾਣੇ ਹੋਣਗੇ, ਅਤੇ ਅੱਜ ਅਸੀਂ ਬਣਾਵਾਂਗੇ ਕੱਚੇ ਪਪੀਤੇ ਦੇ ਪਰੌਂਠੇ ਬਣਾਵਾਂਗੇ। ਘਰ ਦੇ ਪਪੀਤੇ ਨੇ ਅਤੇ ਬਹੁਤ ਵਧੀਆ ਇਹ ਬਣਦੇ ਨੇ, ਅਤੇ ਇਹਦੀ ਰੈਸਪੀ ਕਰਦੇ ਹਾਂ ਸ਼ੁਰੂ। ਸ਼ੁਰੂ ਕਰਨ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰ ਲਓ, ਅਤੇ ਵਧੀਆ ਲੱਗੇ ਤਾਂ ਕਮੈਂਟ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਭ ਤੋਂ ਪਹਿਲੇ ਅਸੀਂ ਕੀ ਕਰਨਾ, ਪਤਲਾ ਪਤਲਾ ਛਿਲਕਾ ਹੈ ਜਿਹੜਾ ਉਤਾਰ ਦੇਣਾ ਹੈ, ਕਿਉਂਕਿ ਇਹਨੂੰ ਅਸੀਂ ਯੂਜ਼ ਨਹੀਂ ਕਰਾਂਗੇ ਪਰੌਂਠਿਆਂ ਦੇ ਵਿੱਚ। ਅਤੇ ਘਰ ਦੇ ਪਪੀਤੇ ਨੇ ਘਰ ਲੱਗੇ ਹੋਏ ਸੀਗੇ, ਅਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਦੇ ਨੇ। ਇੱਕ ਵਾਰੀ ਤੁਸੀਂ ਬਣਾ ਕੇ ਦੇਖਿਓ ਤਾਂ ਤੁਸੀਂ ਘੀਆ ਦੇ, ਮੂਲੀ ਦੇ, ਆਲੂਆਂ ਦੇ ਸਾਰੇ ਪਰੌਂਠੇ ਖਾਣੇ ਬੰਦ ਕਰ ਦੋਗੇ। ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ। ਅਤੇ ਸਭ ਤੋਂ ਪਹਿਲਾਂ ਛਿਲਕਾ ਆਪਾਂ ਨੇ ਉਤਾਰ ਲੈਣਾ, ਦੋਹੇ ਮੈਂ ਪਪੀਤਾ ਦੇ ਛਿਲਕੇ ਜਿਹੜੇ ਉਤਾਰ ਲਏ ਸੀਗੇ, ਅਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ। ਹੁਣ ਆਪਾਂ ਇਹਨੂੰ ਕਰੂੰਗੇ ਕੱਦੂਕਸ ਕਰਨਾ, ਬਿਲਕੁਲ ਬਾਰੀਕ ਬਾਰੀਕ ਕੱਦੂਕਸ ਕਰਨਾ, ਜਿਵੇਂ ਆਪਾਂ ਮੂਲੀਆਂ ਕਰਦੇ ਹਾਂ ਨਾ, ਘੀਆ ਦੇ ਕਰਦੇ ਹਾਂ, ਉਵੇਂ ਉਵੇਂ ਹੀ ਕਰਨੇ ਆ। ਅਤੇ ਇੰਨੇ ਜ਼ਿਆਦਾ ਇਹ ਹੈਲਦੀ ਹੁੰਦੇ ਆ, ਅਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ। ਇੱਕ ਵਾਰ ਤੁਸੀਂ ਬਣਾ ਕੇ ਜ਼ਰੂਰ ਦੇਖਿਓ। ਅਤੇ ਹੁਣ ਮੈਂ ਦੋਹੇ ਜਿਹੜੇ ਕੱਦੂਕਸ ਕਰ ਲਏ ਨੇ, ਅਤੇ ਦੇਖੋ ਤੁਸੀਂ, ਅਤੇ ਇਵੇਂ ਕੱਦੂਕਸ ਕਰ ਲਿਆ। ਅਤੇ ਹੁਣ ਇਹਦੇ 'ਚ ਨਾ ਬਹੁਤ ਜ਼ਿਆਦਾ ਪਾਣੀ ਆ, ਅਤੇ ਇਸ ਲਈ ਅਸੀਂ ਨਮਕ ਲਗਾ ਕੇ ਇਹਨੂੰ 10-15 ਮਿੰਟ ਦੇ ਲਈ ਛੱਡ ਦੇਵਾਂਗੇ, ਅਤੇ ਇਹਦਾ ਫਿਰ 10-15 ਮਿੰਟ ਤੋਂ ਬਾਅਦ ਇਹਦਾ ਪਾਣੀ ਆ ਜਿਹੜਾ ਉਹ ਸੋਖਾਂਗੇ। ਜਿਵੇਂ ਆਪਾਂ ਮੂਲੀਆਂ ਦੇ ਕਰਦੇ ਹਾਂ, ਪਹਿਲਾਂ ਨਮਕ ਲਗਾ ਕੇ ਰੱਖ ਦਿੰਦੇ ਆ ਨਾ, ਅਤੇ ਉਸ ਤੋਂ ਬਾਅਦ ਫਿਰ ਇਹਦਾ ਪਾਣੀ, ਕਿਉਂਕਿ ਹੁਣ ਨਹੀਂ ਲੱਗਦਾ ਸੀ ਇਸਦੇ 'ਚ ਪਾਣੀ ਹੈਗਾ, ਬਟ ਜਦੋਂ ਅਸੀਂ ਇਹਦਾ ਨਿਚੋੜਦੇ ਹਾਂ ਪਾਣੀ, ਤਾਂ ਬਹੁਤ ਜ਼ਿਆਦਾ ਇਹਦੇ 'ਚ ਪਾਣੀ ਹੁੰਦਾ, ਅਤੇ ਸਾਰਾ ਨਮਕ ਦੇ ਨਾਲ ਜਿਹੜਾ ਉਹ ਪਾਣੀ ਅਲੱਗ ਕਰਨਾ ਬਹੁਤ ਜ਼ਰੂਰੀ ਹੁੰਦਾ। ਇਹਦੇ ਨਾਲ ਕਿਆ ਹੈ ਕਿ ਪਰੌਂਠੇ ਸਾਡੇ ਵਧੀਆ ਬਣੂਗੇ ਜਦੋਂ ਅਸੀਂ ਪਾਣੀ ਨਿਚੋੜ ਦੇਵਾਂਗੇ। ਇਹ ਜ਼ਰੂਰ ਕਰਨਾ। ਅਤੇ ਇਵੇਂ ਮੈਂ ਸੁੱਤੀ ਕੱਪੜਾ ਲਿਆ, ਇਹਦੇ ਸਾਫ਼ ਸੁੱਤੀ ਕੱਪੜਾ ਲਿਆ ਸੀਗਾ, ਉਹਦੇ 'ਤੇ ਉੱਤੇ ਮੈਂ ਪੂਰਾ ਮਿਕਸਚਰ ਸੀ ਜਿਹੜਾ ਉਹ ਪਾ ਤਿਆ ਸੀਗਾ। ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਅਸੀਂ ਨਿਚੋੜ ਲੈਣਾ, ਬਿਲਕੁਲ ਇਹਦੇ 'ਚ ਪਾਣੀ ਨਾ ਰਹੇ, ਅਤੇ ਤੁਸੀਂ ਵੀ ਜਿਵੇਂ ਜ਼ਰੂਰ ਕਰਿਓ। ਅਤੇ ਜੇ ਅਗਰ ਥੋੜ੍ਹਾ ਜਿਹਾ ਵੀ ਪਾਣੀ ਰਿਹਾ ਤਾਂ ਪਰੌਂਠੇ ਆ ਜਿਹੜੇ ਉਹ ਆਪਣੇ ਵਧੀਆ ਨਹੀਂ ਬਣਨਗੇ, ਅਤੇ ਖਾਣ ਨੂੰ ਵੀ ਟੇਸਟੀ ਨਹੀਂ ਲੱਗਣਗੇ, ਅਤੇ ਸਾਰਾ ਜਿਹੜਾ ਮਿਕਸਚਰ ਆ ਉਹ ਆਪਣਾ ਉਹਦੇ 'ਚੋਂ ਆਟੇ 'ਚੋਂ ਬਾਹਰ ਨਿਕਲਦਾ ਰਹੂਗਾ, ਅਤੇ ਪਰੌਂਠੇ ਨਹੀਂ ਸਹੀ ਬਣਨਗੇ ਜਦੋਂ ਆਪਾਂ ਇੱਕ ਪਰੌਂਠਾ ਬਣਾਉਂਗੇ। ਅਤੇ ਇਵੇਂ ਕਰਕੇ ਇਹਨੂੰ ਨਿਚੋੜ ਨਿਚੋੜ ਕੇ ਇਹਦਾ ਮੈਂ ਸਾਰਾ ਪਾਣੀ ਆ ਜਿਹੜਾ ਉਹ ਕੱਢ ਲਿਆ ਸੀਗਾ ਇੱਕ ਭਾਂਡੇ ਦੇ ਵਿੱਚ। ਅਤੇ ਪਾਣੀ ਹੈ ਜਿਹੜਾ ਨਿਕਲਿਆ ਉਹਨੂੰ ਆਪਾਂ ਸਿੱਟਣਾ ਨਹੀਂ ਹੈਗਾ, ਉਹਨੂੰ ਆਟਾ ਜਦੋਂ ਆਪਾਂ ਗੁੰਨਣਾ ਹੈ ਨਾ ਇਹਦਾ, ਉਹਦੇ 'ਚ ਆਪਾਂ ਐਡ ਕਰ ਸਕਦੇ ਹਾਂ। ਅਤੇ ਕਿਉਂਕਿ ਇਹ ਬਹੁਤ ਜ਼ਿਆਦਾ ਹੈਲਦੀ ਹੁੰਦੇ ਆ, ਪਪੀਤੇ ਦੇ ਪੱਤੇ ਆ ਜਿਹੜੇ ਕੱਚੇ ਦੇ, ਅਤੇ ਖਾਣ ਨੂੰ ਵੀ ਵਧੀਆ ਲੱਗਦੇ ਆ, ਅਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਇਹ ਵਾਲਾ ਦਾ। ਅਤੇ ਦੇਖੋ ਤੁਸੀਂ ਕਿੱਦਾਂ ਨਿਚੋੜ ਨਿਚੋੜ ਕੇ ਪੂਰਾ ਇਹਦਾ ਪਾਣੀ ਹੈ ਜਿਹੜਾ ਉਹ ਬਿਲਕੁਲ ਕੱਢ ਲਿਆ। ਇਵੇਂ ਆਪਣੇ ਪਰੌਂਠੇ ਆ ਜਿਹੜੇ ਉਹ ਬਹੁਤ ਵਧੀਆ ਬਣਦੇ ਨੇ। ਅਤੇ ਆਹ ਦੇਖੋ ਪਾਣੀ ਨਿਕਲਿਆ ਇਹਦਾ, ਅਤੇ ਇਹ ਪਾਣੀ ਹੁਣ ਆਪਾਂ ਇਹਨੂੰ ਆਟੇ ਦੇ ਵਿੱਚ ਯੂਜ਼ ਕਰਾਂਗੇ। ਅਤੇ ਇਵੇਂ ਹੁਣ ਖੋਲ੍ਹ ਕੇ ਮੈਂ ਤੁਹਾਨੂੰ ਦਿਖਾਊਂਗੀ ਪੂਰਾ ਡਰਾਈ ਜਿਹੜਾ ਉਹ ਹੋ ਗਿਆ ਸੀਗੇ। ਅਤੇ ਦੇਖੋ ਤੁਸੀਂ ਕਿੰਨਾ ਬਿਲਕੁਲ ਇਹਦੇ 'ਚ ਪਾਣੀ ਨਹੀਂ ਰਿਹਾ, ਕਿਉਂਕਿ ਸਾਰਾ ਪਾਣੀ ਇਹਦੇ 'ਚੋਂ ਨਿਚੋੜ ਲਿਆ ਸੀਗਾ। ਅਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਮਸਾਲੇ ਜੋ ਆਪਾਂ ਇਹਦੇ 'ਚ ਐਡ ਕਰਨੇ ਆ ਨਾ, ਅਤੇ ਉਹ ਪਾਵਾਂਗੇ। ਇਹ ਹੈਗੀ ਪਹਿਲੀ ਟ੍ਰਿਕ, ਇੱਦਾਂ ਇਵੇਂ ਵੀ ਬਣ ਸਕਦੇ ਆ। ਅਤੇ ਇੱਕ ਦੂਸਰੀ ਆ, ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀਡੀਓ ਦੇ ਰਾਹੀਂ ਕਿ ਕਿਵੇਂ ਆਪਾਂ ਕੱਚੇ ਦੇ ਪਪੀਤੇ ਦੇ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਪਾ ਤਿਆ ਅਦਰਕ ਨੂੰ, ਮੈਂ ਚੰਗੀ ਤਰ੍ਹਾਂ ਬਾਰੀਕ ਪੀ ਲਿਆ, ਅਤੇ ਉਸ ਤੋਂ ਬਾਅਦ ਫਿਰ ਉਹਨੂੰ ਪਾ ਤਿਆ ਮਿਰਚਾਂ ਪਾ ਤੀਆਂ ਸੀਗੀਆਂ, ਉਹ ਆਪਣੇ ਅਕੋਰਡਿੰਗ ਪਾ ਸਕਦੇ ਹਾਂ। ਅਤੇ ਫਿਰ ਮੈਂ ਇਹਦੇ 'ਚ ਹਰਾ ਧਨੀਆ ਪਾ ਤਿਆ ਸੀਗਾ, ਅਤੇ ਹਰਾ ਧਨੀਆ ਦਾ ਤਾਂ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ। ਅਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ 'ਚ ਐਡ ਕਰੂੰਗੀ ਜੋ ਆਪਣੇ ਰੈਗੂਲਰ ਮਸਾਲੇ ਹੁੰਦੇ ਆ ਨਾ, ਉਹ ਵਾਲੇ ਐਡ ਕਰਾਂਗੇ। ਗਰਮ ਮਸਾਲਾ ਐਡ ਕੀਤਾ, ਅਤੇ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਇਹਦੇ 'ਚ। ਅਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ 'ਚ ਅੱਧਾ ਚਮਚ ਲਾਲ ਮਿਰਚਾਂ ਪਾਈਆਂ ਸੀਗੀਆਂ, ਕਿਉਂਕਿ ਹਰੀਆਂ ਮਿਰਚਾਂ ਇੰਨੇ ਕੌੜੀਆਂ ਨਹੀਂ ਸੀ, 3 ਮਿਰਚਾਂ ਲਈਆਂ ਸੀ ਹਰੀਆਂ, ਅਤੇ ਅੱਧਾ ਚਮਚ ਮੈਂ ਲਾਲ ਮਿਰਚ ਦਾ ਪਾਇਆ ਸੀਗਾ। ਅਤੇ ਉਸ ਤੋਂ ਬਾਅਦ ਅੱਧਾ ਚਮਚ ਮੈਂ ਹਲਦੀ ਦਾ ਪਾਇਆ, ਅਤੇ ਫਿਰ ਲਾਸਟ ਦੇ ਵਿੱਚ ਮੈਂ ਪਾਇਆ ਇਹਦੇ 'ਚ ਨਮਕ। ਨਮਕ ਪਹਿਲੇ ਵੀ ਐਡ ਕੀਤਾ ਸੀ ਇਸ ਲਈ ਮੈਂ ਅੱਧਾ ਚਮਚ ਪਾਇਆ, ਜੇ ਆਪਾਂ ਨੂੰ ਲੱਗੇ ਤਾਂ ਘੱਟ ਹੈ ਤਾਂ ਆਪਾਂ ਬਾਅਦ 'ਚ ਵੀ ਐਡ ਕਰ ਸਕਦੇ ਹਾਂ, ਮਿਲਾ ਤਿਆ ਇਹਨੂੰ। ਅਤੇ ਦੇਖੋ ਤੁਸੀਂ ਮਿਕਸਚਰ ਬਿਲਕੁਲ ਮੇਰਾ ਡਰਾਈ ਆ, ਬਿਲਕੁਲ ਇਹਦੇ 'ਚ ਪਾਣੀ ਨਹੀਂ ਹੈ। ਇਹਦੇ ਨਾਲ ਕਿਆ ਹੈ ਆਪਣੇ ਪਰੌਂਠੇ ਬਹੁਤ ਵਧੀਆ ਬਣਦੇ ਆ।
ਅਤੇ ਜੇ ਪਾਣੀ ਰਹੂਗਾ ਤਾਂ ਉਹ ਪਾਣੀ ਛੱਡਦਾ ਰਹੂਗੇ ਪਰੌਂਠੇ, ਅਤੇ ਉਸ ਤੋਂ ਬਾਅਦ ਸਾਰਾ ਮਿਕਸਚਰ ਆ ਜਿਹੜਾ ਨਿਕਲ ਜਾਏਗਾ। ਅਤੇ ਹੁਣ ਇੱਕ ਲੋਈ ਲਈ ਆ, ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾਉਂਗੀ ਕਿ ਕਿਵੇਂ ਆਪਾਂ ਬਣਾਉਂਦੇ ਹਾਂ। ਸੇਮ ਉਵੇਂ ਹੀ ਆ ਜਿਵੇਂ ਆਲੂ ਦੇ ਪਰੌਂਠੇ ਬਣਾਉਂਦੇ ਹਾਂ ਮਿਕਸਚਰ ਵਿੱਚ ਭਰ ਕੇ। ਅਤੇ ਇੱਕ ਲੋਈ ਲੈ ਲਈ ਆ, ਅਤੇ ਉਹਨੂੰ ਥੋੜ੍ਹਾ ਸੁੱਕਾ ਆਟਾ ਮੈਂ ਲਗਾ ਲਿਆ, ਅਤੇ ਹੁਣ ਗੋਲ ਗੋਲ ਕਰਕੇ ਰਾਊਂਡ ਦੇ ਵਿੱਚ ਇਹਨੂੰ ਆਪਾਂ ਨੇ ਖਿਲਾ ਦੇਣਾ, ਕਿਉਂਕਿ ਵਿੱਚ ਇਹਦੇ ਹੁਣ ਆਪਾਂ ਜਿਹੜਾ ਮਿਕਸਚਰ ਆ ਉਹ ਭਰਾਂਗੇ। ਅਤੇ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਨੇ ਮਿਕਸਚਰ ਇਹਦੇ 'ਚ ਫਿਲ ਕਰਨਾ, ਤਾਂ ਕਿ ਆਪਣਾ ਬਾਹਰ ਨਾ ਨਿਕਲੇ ਮਿਕਸਚਰ ਬਿਲਕੁਲ ਵੀ। ਅਤੇ ਜਦੋਂ ਇਹ ਪਰੌਂਠੇ ਬਣਾਏ ਤਾਂ ਸਾਰਿਆਂ ਨੂੰ ਇੰਨੇ ਜ਼ਿਆਦਾ ਟੇਸਟੀ ਲੱਗੇ ਨੇ ਨਾ, ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਸੀਗੇ। ਅਤੇ ਸਭ ਨੇ ਕਿਹਾ ਸੀ ਕਿ ਮੂਲੀ ਦੇ ਪਰੌਂਠੇ ਅਤੇ ਘੀਆ ਦੇ ਪਰੌਂਠੇ ਇੰਨੇ ਵਧੀਆ ਨਹੀਂ ਲੱਗਦੇ ਜਿੰਨੇ ਇਹ ਵਾਲੇ ਪਰੌਂਠੇ ਵਧੀਆ ਲੱਗੇ ਨੇ, ਅਤੇ ਤੁਸੀਂ ਵੀ ਬਣਾ ਸਕਦੇ ਹੋ, ਖਾ ਸਕਦੇ ਹੋ। ਅਤੇ ਦੇਖੋ ਤੁਸੀਂ ਆਪਣੇ ਵੱਲ ਲੋਈ ਹੈ ਜਿਹੜੀ ਉਹ ਰੇਡੀ ਹੋ ਗਈ ਆ, ਅਤੇ ਹੁਣ ਇਹਨੂੰ ਆਪਾਂ ਵੇਲਾਂਗੇ। ਅਤੇ ਵਧੀਆ ਬਣਦੇ ਨੇ ਇਹ, ਖਾਣ ਨੂੰ ਵੀ ਟੇਸਟੀ ਲੱਗਦੇ ਨੇ, ਦਹੀਂ ਦੇ ਮੱਖਣ ਦੇ ਬਟਰ ਦੇ ਨਾਲ ਅਸੀਂ ਕਿਸੇ ਦੇ ਨਾਲ ਵੀ ਇਹਨੂੰ ਖਾਵਾਂਗੇ, ਮਲਾਈ ਦੇ ਨਾਲ ਖਾਵਾਂਗੇ, ਅਤੇ ਬਹੁਤ ਜ਼ਿਆਦਾ ਟੇਸਟੀ ਲੱਗਣਗੇ। ਅਤੇ ਮੈਂ ਇੱਥੇ ਦਹੀਂ ਆਪਣਾ ਯੂਜ਼ ਕੀਤੇ ਸੀ, ਦਹੀਂ ਦੇ ਨਾਲ ਬਹੁਤ ਜ਼ਿਆਦਾ ਮੈਨੂੰ ਸਵਾਦ ਲੱਗਦੇ ਨੇ ਪਰੌਂਠੇ। ਅਤੇ ਉਸ ਤੋਂ ਬਾਅਦ ਇਵੇਂ ਆਪਾਂ ਨੇ ਥੋੜ੍ਹਾ ਥੋੜ੍ਹਾ ਕਰਕੇ ਇਹਨੂੰ ਵੇਲ ਲੈਣਾ, ਅਤੇ ਦੋਨੋਂ ਪਾਸੇ ਤੋਂ ਮੈਂ ਵੇਲ ਲਿਆ ਸੀਗਾ। ਅਤੇ ਜਿਵੇਂ ਵੀਡੀਓ ਤੁਹਾਨੂੰ ਮੇਰੀ ਵਧੀਆ ਲੱਗੇ ਤਾਂ ਪਲੀਜ਼ ਮੈਨੂੰ ਲਾਈਕ ਕਰ ਦਿਓ ਵੀਡੀਓ ਨੂੰ, ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਕਿਵੇਂ ਦੀ ਲੱਗੀ ਆ। ਤੁਸੀਂ ਕਮੈਂਟ ਨਹੀਂ ਕਰਦੇ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ, ਤਾਂ ਕਿ ਮੇਰੀ ਵੀਡੀਓ ਆ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ। ਅਤੇ ਦੇਖੋ ਤੁਸੀਂ ਤਵੇ ਦੇ ਮੈਂ ਪਾਤਿਆ ਸੀਗਾ, ਅਤੇ ਹੁਣ ਦੋਨੋਂ ਪਾਸੇ ਤੋਂ ਮੈਂ ਇਹਦੇ 'ਚ ਦੇਸੀ ਘਿਓ ਲਗਾ ਤਿਆ ਸੀਗਾ, ਅਤੇ ਦੋਨੋਂ ਪਾਸਿਆਂ ਤੋਂ, ਤਾਂ ਕਿ ਪਰੌਂਠਾ ਆਪਣਾ ਵਧੀਆ ਰੜ ਜਾਵੇ ਅਤੇ ਖਾਣ ਨੂੰ ਵੀ ਟੇਸਟੀ ਲੱਗਦਾ ਨਾ ਫਿਰ ਜਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਰਾੜ ਦਿੰਦੇ ਹਾਂ। ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ, ਅਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ। ਇਹ ਬੱਚਿਆਂ ਨੂੰ ਅਸੀਂ ਦੇ ਸਕਦੇ ਹਾਂ, ਟਿਫਨ ਦੇ ਵਿੱਚ ਦੇ ਸਕਦੇ ਹਾਂ, ਬੱਚਿਆਂ ਨੂੰ ਬਿਲਕੁਲ ਵੀ ਪਤਾ ਲੱਗੇਗਾ ਕਿ ਇਹ ਕੱਚੇ ਪਪੀਤੇ ਦੇ ਨੇ, ਅਤੇ ਆਰਾਮ ਨਾਲ ਬੱਚੇ ਖਾ ਲੈਣਗੇ। ਵੈਸੇ ਬੱਚੇ ਥੋੜ੍ਹਾ ਉਹ ਕਰਦੇ ਨੇ ਨਾ ਖਾਣ ਨੂੰ। ਅਤੇ ਦੇਖੋ ਤੁਸੀਂ ਦੋਨੋਂ ਪਾਸੇ ਤੋਂ ਕਿੰਨਾ ਵਧੀਆ ਆਪਣਾ ਪਰੌਂਠਾ ਰੇਡੀ ਹੋ ਗਿਆ ਹੈ। ਅਤੇ ਹੁਣ ਇਹਨੂੰ ਆਪਾਂ ਦਹੀਂ ਦੇ ਨਾਲ ਕਿਸੇ ਦੇ ਨਾਲ ਵੀ ਖਾ ਸਕਦੇ ਹਾਂ, ਬਟਰ ਦੇ ਨਾਲ ਖਾ ਸਕਦੇ ਹਾਂ, ਮਲਾਈ ਦੇ ਨਾਲ ਖਾ ਸਕਦੇ ਹਾਂ। ਤੁਸੀਂ ਵੀ ਬਣਾਓ, ਖਾਓ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੀ ਵੀ ਤੁਹਾਨੂੰ ਕਿਵੇਂ ਦੀ ਲੱਗੀ ਆ ਇਹ, ਅਤੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ।